ਗੋਲੀਆਂ ਵਾਲੀ ਦੇ 23 ਸਾਲ ਦੇ ਨੌਜਵਾਨ ਦੀ 10 ਸਤੰਬਰ ਦੀ ਰਾਤ ਨੂੰ ਭੇਦਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਸੀ। ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਨਜਾਇਜ਼ ਸਬੰਧਾਂ ਦੇ ਚੱਲਦੇ ਇਹ ਕਤਲ ਹੋਇਆ ਹੈ। ਪਰਿਵਾਰ ਦੇ ਮੁਤਾਬਕ ਪੁਲਿਸ ਕਾਰਵਾਈ ਦੇ ਵਿੱਚ ਢਿੱਲ ਵਰਤ ਰਹੀ ਹੈ, ਜਿਸ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਅੱਜ ਦਿੱਲੀ ਅਬੋਹਰ ਨੈਸ਼ਨਲ ਹਾਈਵੇ ਦੇ ਉੱਤੇ ਰੋਡ ਜਾਮ ਕੀਤਾ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁੰਡੇ ਦਾ ਇਹ ਹੋਇਆ ਕਤਲ ਹੈ, ਪਰ ਇਹਨਾਂ ਨੂੰ ਜਾਣ ਕੇ ਗੁਮਰਾਹ ਕੀਤਾ ਜਾ ਰਿਹਾ ਵੀ ਗੱਡੀ ਦੀ ਫੇਟ ਵੱਜੀ ਹੈ। 3 ਦਿਨ ਹੋ ਗਏ ਇਹਨਾਂ ਨੇ ਸਾਨੂੰ ਇਨਸਾਫ ਟੀਮ ਵੱਲੋਂ ਅੱਜ ਪਿੰਡ ਵਾਲਿਆਂ ਸਰਪੰਚ ਨੇ ਵੀ ਕਿਹਾ ਵੀ ਸਾਡੀ ਆ ਕੇ ਮਦਦ ਕੀਤੀ ਜਾਵੇ। ਲੋਕਾਂ ਨੂੰ ਜਿਹੜਾ ਬਹੁਤ ਜ਼ਿਆਦਾ ਖੱਜਲ ਖੁਆਰ ਕੀਤਾ ਜਾ ਰਿਹਾ, ਹਸਪਤਾਲ 'ਚ ਗਏ, ਕਿਤੇ ਇਸ ਥਾਣੇ ਆਉਂਦੇ, ਕਿਤੇ ਇਹਨੂੰ ਕਹਿੰਦੇ GRP ਭੇਜ। ਹੁਣ ਇਹਨਾਂ ਨੂੰ ਨਹੀਂ ਪਤਾ ਜਦੋਂ ਬੰਦੇ ਚੱਕਣ ਗਏ ਹੈ, ਉਹ ਮੁੰਡੇ ਨੇ ਮਰਨ ਤੋਂ ਪਹਿਲਾਂ ਬਿਆਨ ਆਪ ਦਿੱਤਾ, ਕਹਿੰਦਾ ਇੱਥੇ ਮੁੰਡੇ ਹੈਗੇ। ਉਹਨਾਂ ਨੇ ਆਪ ਕਿਹਾ, ਕਹਿੰਦਾ ਮੈਨੂੰ ਆਹ ਫਲਾਣੇ ਫਲਾਣੇ ਬੰਦੇ ਨੇ ਕੁੱਟਿਆ, ਮੇਰੇ ਕੋਈ ਫੇਟ ਨਹੀਂ ਵੱਜੀ। ਦੂਜੇ ਪਾਸੇ ਪੁਲਿਸ ਦਾ ਕਹਿਣਾ ਕਿ ਜਿੱਥੋਂ ਲਾਸ਼ ਬਰਾਮਦ ਹੋਈ ਸੀ ਉਹ ਏਰੀਆ ਰੇਲਵੇ ਵਿਭਾਗ ਦੇ ਅੰਡਰ ਆਉਂਦਾ ਹੈ, ਇਸ ਲਈ ਉਹ ਇਸ ਸੰਬੰਧੀ ਕਾਰਵਾਈ ਨਹੀਂ ਕਰ ਸਕਦੇ। ਗੱਲ ਇਹ ਵੀ ਜੋ ਦੇਖੇ ਨਾ ਰੇਲਵੇ ਦੀ ਬੰਦੀ, ਰੇਲਵੇ ਦੇ ਇੰਸਪੈਕਟਰ ਜਿਹੜਾ ਅਜਿੰਦਰ ਸਿੰਘ ਕੱਲ੍ਹ ਆਏ ਸੀ, ਓਮ ਪ੍ਰਕਾਸ਼ ਵੀ ਆਏ, ਉਹਨਾਂ ਨੂੰ ਇਹ ਬਿਆਨ ਨਹੀਂ ਲਿਖਾ। ਇਹਨਾਂ ਨੂੰ ਪਤਾ ਹੀ ਨਹੀਂ ਵੀ ਰੇਲਵੇ ਪੁਲਿਸ ਦੀ ਜੇ ਕੋਈ ਰੇਲਵੇ ਦੇ ਵਿਰੁੱਧ ਕਾਰਵਾਈ ਹੁੰਦੀ ਹੈ, ਕਿਸੇ ਤਰ੍ਹਾਂ ਦਾ ਜੁਰਮ ਹੈਗਾ, ਕਿ ਉਹ ਕਾਰਵਾਈ ਉਹਨਾਂ ਨੇ ਕਰਨੀ। ਲੰਬੀ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ।